हाँ जी, सत श्री अकाल जी सारे नू। किदां जी सारे? आई होप तुसी सारे वधिया होवोंगे। ते अज आपां दिखावांगे तुहानू नवे नवे सूट। हाँ जी मित्रों, किदां जी सारे? अनहद किदां? की हाल है तेरा? इहने जी सानू बहुत दुखी किया होया अनहद ने। इह सारा दिन सानू तंग करदा, ते इहनू स्कूल ही ठीक है, अज इहनू छुट्टी मराई है। अज ना ब्याह च जाणा मम्मी उहनां ने, तां करके इहनू छुट्टी मरा ली स्कूल तों। इह बैठे ने अपने दादी जी, ते असीं बैठे हाँ रजाई च, नज़ारे लैने पए हाँ। ते टाइम हो गया है 9 बजे नहीं का, उठने का। ते उठते हैं हले, थोड़ा जा आराम नाल उठांगे। हाँ भैया नल, खाना पीना तू कर लिया पंजाबी च जी? बोल, पंजाबी च बोल। मैं ना ये ना हिंदी सीख गया जी, हुण इहनू पंजाबी सिखानी है आपां, ते पंजाबी बोलिया कर। ते बाकी जी हुण ना तुहानू अज आपां सूट दिखाने हां, जिहड़े सूट आपां ने लै के जाने ने ब्याह ते, ओह तुहानू सारे आपां सूट दिखावांगे। ते चलो हुण तुहानू दिखाने आ ओह सारे सूट। ते आ देखो जी, हुण सूट पए ने सारे, सूट तक कढ़ने आपां। ते आ ब्याह च अज मिलणियां सीगियां, ते जिहड़े मेरी मासी जी ने जी, उहनां दी कुड़ी दा ब्याह सीगा आ तो हफ्ता पहलां, ते उत्थे असीं गए सीगे। ते ओ तू बाहर क्यों कढ़दा पिया है यार, हले खड़ जा। ते उत्थे आपां ब्याह च गए सीगे, ते मिलणियां अज मिलणियां ने। अज मम्मी डैडी चले आ, असीं नहीं चले। पहलां ब्याह च तां असीं सारे गए सी, आना चलिया। ते मैनूं थोड़े जे राजपुर एक दो काम है, इस करके मैं अज नहीं जा रहा। ते तुहानूं सारे सूट दिखाने आ जी सी, जिहड़े उत्थे लै के जाने ने। आ केहड़ा सूट है दादी, आ दस दो पहलां। ये 800 ਦਾ ਸੂਟ ਹੈ। 5 ਕੱਪੜੇ ਹੈ, ਇੱਕ ਰੁਮਾਲ, ਪੱਗ, ਤੋਂ ਦੋ ਸੂਟ ਦੇ ਕੱਪੜੇ, ਰੁਮਾਲ। ਇਹ ਕਿੰਨੇ ਦਾ ਜੀ? ਇਹ 800 ਦਾ। ਅੱਛਾ, ਇਹ 800 ਦਾ ਸੂਟ ਹੈ ਜੀ, ਬਹੁਤ ਸੋਹਣਾ ਸੂਟ ਹੈ। ਇਹ ਕਿੰਨਾ ਦਾ ਹੈਗਾ? ਆ ਇਹ ਦੇਖੋ, ਨਾਮ ਦਾ ਇਹ ਮਤਲਬ ਜਿਹੜੀ ਮੇਰੀ ਮਾਸੀ ਜੀ ਦੀ ਕੁੜੀ, ਮਤਲਬ ਮੇਰੇ ਦੀਦੀ ਨੇ, ਉਹਨਾਂ ਦੀ ਨਣਦ ਦਾ ਇਹ ਸੂਟ ਹੈ। ਤੇ ਆ ਪਿੱਛੇ ਆ ਕੀ ਹੈ? ਪੱਗ ਲਾਈ ਹੋਈ ਇਹ ਪੱਗ ਲਾਈ ਹੋਈ ਹੈ, ਤੇ ਉਹਨਾਂ ਨੂੰ ਆਪਾਂ ਦੇ ਆਣਗੇ। ਹੋਰ ਦਿਖਾਓ ਚਲੋ ਸੂਟ। ਔਰ ਇਹ ਹੈਂਕੀ ਹੈ, ਇਹ ਉਹ ਰੁਮਾਲ ਹੈ, ਇਹ ਰੁਮਾਲ ਹੈ। ਕੋਲੇ ਨਾ ਸੂਟ ਹੈ, ਹੈਂਕੀ ਬਲਦਨ। ਐ ਜੀ ਸਾਡੇ ਪਿਆਰੇ ਪ੍ਰਾਹੁਣਾ ਸਾਹਿਬ ਦਾ ਸੂਟ ਹੈ, ਇਹਦੇ ਵਿੱਚ ਇੱਕ ਪੈਂਟ ਹੈ, ਪੱਗ ਹੈ, ਤੇ ਇਹਦੇ ਵਿੱਚ ਹੋਰ ਕੀ ਹੈ, ਇਹ ਜਰਾਬਾਂ। ਕਮੀਜ਼, ਜਰਾਬਾਂ। ਸੋ ਜੋ ਵੀ ਹੁੰਦਾ ਆਪਣੇ ਪ੍ਰਾਹੁਣਾ ਸਾਹਿਬ ਦਾ, ਜੋ ਸਾਡੇ ਮੇਨ ਹੁੰਦੇ ਨੇ, ਉਹਨਾਂ ਦਾ ਇਹ ਸੂਟ ਹੈ। ਸੋ ਆ ਦੇਖੋ, ਇੰਨਾ ਵਧੀਆ ਸੂਟ, ਆ ਦੇਖ ਲਓ। ਇਹਦਾ ਰੇਟ ਦੱਸ ਦਿਓ ਦਾਦੀ ਜੀ, ਤੇ ਮੰਮੀ ਨੂੰ ਸ਼ੋਪਿੰਗ ਕਰਕੇ ਲਿਆਏ ਸੀਗੇ ਤਾਂ ਅਸੀਂ ਦੱਸਣਗੇ। ਕਿੰਨੇ ਦਾ ਲੈ ਕੇ ਆਇਓ? 1500 ਦਾ। ਅੱਛਾ, 1500 ਦਾ, ਚਲੋ ਠੀਕ ਹੈ। ਬਹੁਤ ਪੈਸੇ ਲਾਤੇ ਨੇ ਤੁਸੀਂ ਇਹਦੇ ਸੂਟ ਤੇ, ਚਲ ਕੋਈ ਗੱਲ ਨਹੀਂ। बाकी समान तुहानू पता ही है की लाया हुंदा है, शगना दा सूट है। अज मिलणियां ने, सो चले आ मिलणियां ते। हैंकी रुमाल, ए रुमाल है जी। ते ਹੋਰ ਵੀ ਦਿਖਾ ਦੋ ਸੂਟ। ਇਹ 700 ਦਾ ਸੂਟ ਹੈ, 1000 ਦਾ। ਇਹ ਜੀ ਮਤਲਬ ਦੀਦੀ ਜੀ ਦੇ ਜਿਹੜੇ ਸਾਸੂ ਮੰਮਾ ਨੇ, ਉਹਨਾਂ ਦਾ ਸੂਟ ਹੈ। ਤੇ ਇਹ ਕਿੰਨੇ ਦਾ ਲਿਆ? 1000 ਰੁਪਏ ਦਾ। 1000 ਰੁਪਏ ਦਾ, ਦੇਖੋ ਸੋਹਣਾ ਹੈ ਜੀ। ਅਰਮਾਨ ਤੱਗਾ, ਇੱਧਰ ਪਿੱਛੇ ਦੇਖ ਲਓ, ਆ ਲੋਈ ਲਾਈ ਹੋਈ ਹੈ। ਤੇ ਬਾਕੀ ਜੀ ਆਹ 4 ਸੂਟ ਹੈ ਜੋ ਆਪਾਂ, ਅਰਮਾਨ ਤੱਗਾ, ਠੀਕ ਹੈ ਯਾਰ। ਤੇ ਆਹ ਸੂਟ ਆਪਾਂ ਦੇਣੇ ਨੇ ਜੀ। ਬਾਕੀ ਹੁਣ ਰਜਾਈ 'ਚ ਅਸੀਂ ਬੈਠੇ ਹਾਂ, ਤੇ ਮੌਜ ਮਸਤੀ ਕਰ ਰਹੇ ਹਾਂ। ਹੁਣ ਟਾਈਮ ਹੋ ਗਿਆ 9 ਵਜੇ ਦਾ, ਹੁਣ ਅਸੀਂ ਉੱਠਾਂਗੇ। ਤੇ ਬਾਕੀ ਆ ਪਿੱਛੇ ਬਦਾਮ ਪਏ ਐ, ਬਦਾਮ ਖਾਣੇ ਨੇ ਤੂੰ? ਬਦਾਮ ਦੇਖੋ, ਆ ਬਦਾਮ ਸਾਡੀ ਬੇਬੇ ਭਿਉਂਦੀ ਐ, ਤੇ ਫਿਰ ਅਸੀਂ ਖਾਂਦੇ ਹਾਂ। ਤੇ ਹੁਣ ਛਿੱਲ, ਇਹਨਾਂ ਦਾ ਛਿੱਲ, ਇਹਨਾਂ ਤੂੰ ਵੀ ਆਪੇ ਛਿੱਲ ਲੈਂਦਾ ਬਦਾਮ, ਆਪੇ ਖਾਓ ਮਿਹਨਤ ਕਰਕੇ ਛਿੱਲ ਕੇ। ਤੇ ਬਾਕੀ ਜੀ ਆ ਸੂਟ ਸੀਗੇ, ਤੇ ਹੁਣ ਆ ਲੈ ਕੇ ਚਲੇ ਜਾਣਗੇ ਬਸ, ਤੇ ਦੇ ਦੇਣਗੇ। ਤੇ ਬਸ ਜੀ, ਤੇ ਹੁਣ ਆਪਾਂ ਬਦਾਮ ਛਿੱਲ ਲਈਏ, ਤੁਸੀਂ ਵੀ ਛਿਲਾ ਦੋ ਨਾਲ। ਉਹ ਥੁੱਕਦੇ ਨਹੀਂ ਹੁੰਦੇ ਵਿੱਚ, ਥੁੱਕ ਰਿਹਾ ਹੱਥ ਕਰਕੇ ਲੋ, ਵਿੱਚ ਥੋੜੀ ਥੁੱਕਦੇ ਹੁੰਦੇ ਆ, ਹੱਥ ਨਾਲ ਛਿੱਲਦੇ ਹੁੰਦੇ ਆ, ਮੂੰਹ ਨਾਲ ਛਿੱਲ ਰਿਹਾ ਹੱਥ ਕਰਕੇ ਲੋ। ਸਿਖਾਇਆ ਕੁਝ ਨਹੀਂ ਮੈਡਮਾਂ ਨੇ, ਉੱਥੇ ਸਕੂਲ ਜਾਂਦਾ ਏ, ਤੈਨੂੰ ਸਿਖਾਇਆ ਕੁਝ ਨਹੀਂ ਮੈਡਮਾਂ ਨੇ, ਸਿਖਾਇਆ ਨਹੀਂ। ਮੋਬਾਈਲ ਦੇ ਦੋ ਬਸ, ਇਹਨੂੰ ਫੋਨ ਆ ਗਿਆ ਮੇਰਾ, ਦੀਦੀ ਦਾ ਹੀ ਆ ਗਿਆ, ਦੀਦੀ ਦਾ ਹੀ ਆ ਗਿਆ, ਜਿਨ੍ਹਾਂ ਦੇ ਆਪਾਂ ਸੂਟ ਦਿਖਾ ਰਹੇ ਹਾਂ ਜੀ। ਆ ਦੇਖੋ, ਉਹਨਾਂ ਦਾ ਹੀ ਫੋਨ ਆ ਗਿਆ ਦੀਦੀ ਦਾ ਅੱਜ। ਚਲੋ ਪਹਿਲਾਂ ਗੱਲ ਕਰਦੇ ਹਾਂ, ਫਿਰ ਵੀਡੀਓ ਨਾਲ ਸ਼ੇਅਰ ਕਰਦੇ ਹਾਂ। ਹਾਂਜੀ, ਸੋ ਹੁਣ ਮੈਂ ਬਾਹਰ ਆਇਆ, ਦੇਖੋ ਬਾਹਰ ਕਿੰਨਾ ਸੋਹਣਾ ਮੌਸਮ ਹੈ। ਤੇ ਪਿੱਛੇ ਜੀ ਕਾਰ ਖੜੀ ਹੈ, ਮੈਂ ਹੁਣ ਕਾਰ ਸਾਫ਼ ਕਰ ਦਿੰਦਾ ਕਿਉਂਕਿ ਜਾਣਾ।
ਆਪਾਂ ਨੇ ਜੀ ਕਾਰ ਕਰਤੀ ਸਾਫ ਇਧਰਲੀ ਸਾਈਡ ਤੋਂ ਕਰਤੀ ਤੇ ਪਰਲੀ ਸਾਈਡ ਤੋਂ ਜਦੋਂ ਬਾਹਰ ਕੱਢਾਂਗੇ ਕਾਰ ਨੂੰ ਫੇਰ ਕਰ ਲਾਂਗੇ ਮਿੰਤਾ ਜਸ਼ਨ ਲੈ ਗਿਆ ਤਾ ਜਸ਼ਨ ਲੈ ਗਿਆ ਸੀ ਮੈਨੂੰ ਪਟਿਆਲੇ ਉਹਦੀ ਸਕਿਨ ਸਕਿਨ ਦੀ ਪ੍ਰੋਬਲਮ ਹੈ ਦਵਾਈ ਦਵਾ ਕੇ ਲਿਆਇਆ ਹਾਂ ਹੀ ਜਸ਼ਨ ਫਿਰ ਦਵਾਈ ਲੈ ਕੇ ਆਏ ਫਿਰ ਹੁਣ ਬਸ ਟਾਈਮ ਲੱਗ ਗਿਆ 12 ਵਜੇ ਗਿਆ ਸੀ 3 ਵਜ ਗਏ ਸਿਰ ਨਾ ਆਇਆ ਥੋੜੀ ਮੈਂ ਵੀ ਨਹਾਉਣਾ ਸਿਰ ਮੈਂ ਵੀ ਨਹਾ ਰਿਹਾ ਸਿਰ ਮੈਨੂੰ ਭੁੱਖ ਵੀ ਲੱਗ ਰਹੀ ਹੈ ਰੋਟੀ ਇਹ ਅੰਡੀਆਂ ਵੀ ਤਾਰਨੀਆਂ ਹੈ ਹੁਣ ਤਾਰ ਦਿੰਦਾ ਮੈਂ ਸਿਰ ਨਾ ਆਈ ਲੈਂਦਾ ਹਨਾ ਤੇ ਹਾਂਜੀ ਮੈਂ ਵੀ ਉੱਪਰ ਦਾਦੀ ਜੀ ਨੂੰ ਦੇਖ ਕੇ ਮੇਰਾ ਵੀ ਸਿਰ ਜੋ ਹੈ ਸੀ ਉਹ ਨਹਾਉਣ ਦਾ ਦਿਲ ਕਰ ਰਿਹਾ ਸੀਗਾ ਮਤਲਬ ਹਫ਼ਤਾ ਹੋ ਗਿਆ ਮੈਂ ਨਹਾਇਆ ਨਹੀਂ ਸੀਗਾ ਅਤੇ ਮੈਂ ਵੀ ਹੁਣ ਸਿਰ ਨਹਾ ਲਿਆ ਅਤੇ ਅੱਜ ਘਰ ਬੋਰ ਹੋ ਰਹੇ ਹਾਂ ਜੀ ਘਰ ਕੋਈ ਨਹੀਂ ਹੈ ਸਾਰੇ ਵਿਆਹ 'ਤੇ ਗਏ ਹੋਏ ਹੈ ਅੱਜ ਮੈਂ ਗਿਆ ਨਹੀਂ ਸੀ ਸੋ ਇਸ ਕਰਕੇ ਸਿਰ ਮੇਰਾ ਨਹਾਇਆ ਹੋਇਆ ਗਿੱਲਾ ਗਿੱਲਾ ਅਤੇ ਹੁਣ ਮੈਂ ਇੱਧਰ ਥੋੜ੍ਹੀ ਜਿਹੀ ਧੁੱਪ ਰਹਿ ਗਈ ਵੈਸੇ ਚਲੀ ਗਈ ਸਾਰੀ ਧੁੱਪ ਹੁਣ ਥੋੜ੍ਹੀ ਜਿਹੀ ਧੁੱਪ ਰਹਿ ਗਈ ਮੈਂ ਕਿਹਾ ਉਸ 'ਚ ਆਪਾਂ ਜਿਹੜਾ ਹੈਗਾ ਸਿਰ ਸੁਕਾ ਲੈਂਦੇ ਹਾਂ ਆਪਣਾ ਅਤੇ ਮੇਰੇ ਸਿਰ 'ਚ ਨਾ ਕਰ ਹੋ ਗਈ ਜਿਹੜੀ ਕਰ ਨਹੀਂ ਹੁੰਦੀ ਉਹ ਹੋ ਗਈ ਇਸ ਕਰਕੇ ਮੈਂ ਇੱਕ ਵਧੀਆ ਜਿਹਾ ਸ਼ੈਂਪੂ ਲਿਆਇਆ ਸੀ ਅਤੇ ਉਹਦੇ ਨਾਲ ਨਹਾਇਆ ਅਤੇ ਦੇਖੋ ਕੀ ਫਰਕ ਪੈਂਦਾ ਲਓ ਜੀ ਅਸੀਂ ਹੁਣ ਥੱਲੇ ਆ ਗਏ ਮੈਂ ਵੀ ਥੱਲੇ ਆ ਗਿਆ ਅਤੇ ਹੁਣ ਜੀ ਦਾਦੀ ਜੀ ਕਹਿੰਦੇ ਮੈਂ ਇਹ ਪਾਲਕ ਸਮਾਰ ਲਵਾਂ ਆਪਾਂ ਸਾਗ ਦੀ ਰੈਸਿਪੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਜੀ ਜਦੋਂ ਆਪਾਂ ਸਾਗ ਬਣਾਵਾਂਗੇ ਆਹ ਵੇਖੋ ਜੀ ਪਾਲਕ ਮੈਨੂੰ ਬੇਕਾਰ ਜੀ ਲੱਗਦੀ ਹੈ ਬਾਸੀ ਸਮਾਰੀ ਨਹੀਂ ਅੱਛਾ ਤੇ ਵਿਆਹ ਚੋਂ ਜੀ ਹਨੇਰਾ ਹੋ ਗਿਆ ਉੱਪਰ ਧੁੱਪ ਹੋ ਗਈ ਤਾਂ ਮੈਂ ਵੀ ਆ ਗਿਆ ਸੀ ਵਾਲ ਮੇਰੇ ਸੁੱਕੇ ਨਹੀਂ ਹੈਗੇ ਗਿੱਲੇ ਹੀ ਪਏ ਹੈ ਆਹ ਦੇਖੋ ਸੂਰਜ ਚੱਲਿਆ ਗਿਆ ਬਹੁਤ ਛੇਤੀ ਹਨੇਰਾ ਹੋ ਜਾਂਦਾ ਹੁਣ ਤਾਂ 5-6 ਵਜੇ ਗਰਮੀਆਂ 'ਚ ਦਿਨ ਵੱਡੇ ਹੁੰਦੇ ਆ ਸੋ ਇਸ ਕਰਕੇ ਹੁਣ ਇਹ ਜਿਹੜੀ ਪਾਲਕ ਹੈ ਦਾਦੀ ਸਮਾਰ ਲੈਣਗੇ ਚਾਹ ਨਹੀਂ ਬਣਾਈ ਤੁਸੀਂ ਚਾਹ ਪੀਣੀ ਸੀ ਮੈਂ ਮਰੰਡੇ ਨਾਲ ਮਰੰਡੇ ਨਾਲ ਪਾਲਕ ਕਿਹਦੇ ਖੇਤਾਂ 'ਚੋਂ ਲਿਆਉਣਾ ਸੀਗਾ ਇਹ ਆਪਾਂ ਖੇਤਾਂ 'ਚ ਲਾਇਆ ਹੋਇਆ ਜੀ ਕੱਲ੍ਹ ਖੇਤਾਂ 'ਚ ਵੀ ਜਾਵਾਂਗੇ ਉੱਥੇ ਵੀਡੀਓ ਬਣਾਉਣ ਵਾਲਾ ਮੈਂ ਕੱਲ੍ਹ ਖੇਤਾਂ 'ਚ ਜਾ ਕੇ ਸੋ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਅਤੇ ਸਭ ਕੁਛ ਕਰਦਾ ਕਰੋ ਜੀ ਇਹਦੇ ਨਾਲ ਸਾਨੂੰ ਜੋ ਹੈ ਉਹ ਅੱਗੇ ਵੀਡੀਓ ਪਾਉਣ ਦੀ ਜਿਹੜੀ ਮੋਟੀਵੇਸ਼ਨ ਹੈ ਮਿਲਦੀ ਹੈ ਸੋ ਆਹ ਦੇਖੋ ਨੇੜੇ ਤੋਂ ਦਿਖਾਉਂਦਾ ਮੈਂ ਤੁਹਾਨੂੰ ਇਹ ਪਿਓਰ ਪਾਲਕ ਹੈ ਜੀ ਬਿਲਕੁਲ ਇਹ 'ਤੇ ਕੋਈ ਸਪਰੇਅ ਨਹੀਂ ਹੋਈ ਹੋਈ ਕੋਈ ਇਸ 'ਚ ਫਰਟੀਲਾਈਜ਼ਰ ਪੈਸਟੀਸਾਈਡ ਦਾ ਯੂਜ਼ ਨਹੀਂ ਕੀਤਾ ਹੋਇਆ ਇਹ ਸਿਹਤ ਵਾਸਤੇ ਬਹੁਤ ਵਧੀਆ ਇਹ ਤੁਹਾਡੇ ਅੰਦਰ ਜਿਹੜੀ ਆਇਰਨ ਦੀ ਘਾਟ ਹੈ ਲੋਹਾ ਦੀ ਕੈਲਸ਼ੀਅਮ ਸਭ ਕੁਛ ਇਹ ਪੂਰਾ ਕਰਦੀ ਹੈ ਜੀ ਸਬਜ਼ੀ ਤੁਸੀਂ ਖਾ ਲਿਆ ਕਰੋ ਇੱਕ ਵਾਰੀ ਅਸੀਂ ਹੁਣ ਪਾਲਕ ਦੀ ਭੁੱਜੀ ਬਣਾਵਾਂਗੇ ਵਿੱਚ ਆਲੂ ਪਾ ਕੇ ਤੁਸੀਂ ਪਨੀਰ ਵੀ ਪਾ ਸਕਦੇ ਹੋ ਬਹੁਤ ਟੇਸਟੀ ਲੱਗਦੀ ਹੈ ਜੀ ਸਬਜ਼ੀ ਅਤੇ ਇਹਦਾ ਮਤਲਬ ਤੁਹਾਨੂੰ ਬੈਨੀਫਿਟਸ ਹੈਲਥ ਵਾਸਤੇ ਅੱਜ ਕੱਲ੍ਹ ਤੁਹਾਨੂੰ ਪਤਾ ਜਿਵੇਂ ਫਾਸਟ ਫੂਡ ਜ਼ਿਆਦਾ ਉਹ ਆ ਰਿਹਾ ਉਹਨੂੰ ਥੋੜ੍ਹਾ ਜਿਹਾ ਘੱਟ ਕਰਦਿਆ ਕਰੋ ਬਟ ਇਹ ਨਹੀਂ ਹੈ ਕਿ ਖਾਣਾ ਨਹੀਂ ਹੈ ਕਦੇ ਕਦੇ ਵਧੀਆ ਗੱਲ ਹੈ ਬਟ ਇਹ ਚੀਜ਼ ਬਹੁਤ ਵਧੀਆ ਹੈਗੀ ਹੈ ਇਹ ਤੁਸੀਂ ਜ਼ਰੂਰ ਟਰਾਈ ਕਰਿਆ ਕਰੋ ਪਾਲਕ ਦੀ ਸਬਜ਼ੀ ਬਾਕੀ ਜਿਹੜੀ ਤੁਸੀਂ ਮੰਡੀ 'ਚੋਂ ਜਾਂ ਮੁੱਲ ਲੈ ਕੇ ਆਉਂਦੇ ਹੋ ਉਹਦੇ 'ਚ ਤਾਂ ਸਪਰੇਅ ਹੋਈ ਵੀ ਹੁੰਦੀ ਹੈ ਪਰ ਇਹ ਪਿਓਰ ਹੈ ਜੇ ਤੁਹਾਨੂੰ ਪਿਓਰ ਮਿਲ ਸਕਦੀ ਹੈ ਤੁਸੀਂ ਉਹ ਵੀ ਲੈ ਲਿਆ ਕਰੋ ਅਤੇ ਬਸ ਜੀ ਅੱਜ ਦੇ ਵਲੌਗ 'ਚ ਇੰਨਾ ਹੀ ਆਪਾਂ ਮਿਲਾਂਗੇ ਨੈਕਸਟ ਵਲੌਗ 'ਚ ਦਾਦੀ ਜੀ ਦੇ ਨਾਲ ਮੈਂ ਇਹ ਹੁਣ ਠੀਕ ਕਰਵਾ ਦੇਵਾਂ ਪਾਲਕ ਅਤੇ ਮੇਰੇ ਹੱਥ 'ਚ ਹੁਣ ਕੈਮਰਾ ਅਤੇ ਮਿਲਦੇ ਹਾਂ ਜੀ ਆਪਾਂ ਅਗਲੇ ਵੀਡੀਓ 'ਚ ਤਦ ਤੱਕ ਲਈ ਬਾਏ ਬਾਏ ਥੈਂਕ ਯੂ ਟੇਕ ਕੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਠੀਕ ਹੈ ਜੀ ਫਿਰ